ਅੱਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਹਾਜ਼ਰਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਸਰਕਾਰ ਸਾਡੀ ਮੰਤਰੀ ਅਸੀਂ ਬਣਾਏ ਪੁਲਿਸ ਦਾ ਕੀ ਔਕਾਤ ਜਿਹੜੀ ਸਾਨੂੰ ਰੋਕੇ दारू ਪੀਣ ਤੋਂ ਰੋਕਣ ਤੇ ਨੌਜਵਾਨਾਂ ਨੇ ਪੁਲਿਸ ਤੇ ਕੀਤਾ ਹਮਲਾ ਬੁੱਧਵਾਰ ਰਾਤ ਕਰੀਬ 10 ਵਜੇ ਖਰੜ ਰੋਡ ਤੇ ਸਥਿਤ KFC ਦੇ ਨਜ਼ਦੀਕ ਨਸ਼ੇ ਦੇ ਵਿੱਚ ਟੱਲੀ ਕੁਝ ਨੌਜਵਾਨਾਂ ਨੇ ਰੱਜ ਕੇ ਖੂਰੂ ਪਾਇਆ ਜਾਣਕਾਰੀ ਦੇ ਮੁਤਾਬਕ KFC ਦੇ ਕੋਲ ਸੜਕ ਕਿਨਾਰੇ ਕੁਝ ਨੌਜਵਾਨ ਇੱਕ i20 ਕਾਰ ਦੇ ਵਿੱਚ ਸ਼ਰਾਬ ਪੀ ਰਹੇ ਸਨ ਇਸ ਦੌਰਾਨ ਜਦ ਪੁਲਿਸ ਮੌਕੇ ਤੇ ਪਹੁੰਚੀ ਤਾਂ ਨੌਜਵਾਨਾਂ ਨੂੰ ਉੱਥੋਂ ਜਾਣ ਲਈ ਕਿਹਾ ਤਾਂ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਨੌਜਵਾਨਾਂ ਨੇ ਉੱਥੋਂ ਜਾਣ ਦੀ ਬਜਾਏ ਪੁਲਿਸ ਤੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਮੌਕੇ ਤੇ ਮੌਜੂਦ ਪੁਲਿਸ ਕਰਮੀਆਂ ਦੇ ਵੱਲੋਂ ਥਾਣਾ ਸਿਟੀ ਸਦਰ ਦੇ ਵਿੱਚ ਮਾਮਲੇ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਤੋਂ ਹਮਲਾ ਕਰਨ ਵਾਲੇ ਨੌਜਵਾਨ ਜਿਵੇਂ ਕਿਵੇਂ ਉੱਥੋਂ ਆਪਣੀ ਕਾਰ ਲੈ ਕੇ ਫਰਾਰ ਹੋ ਗਏ ਲੇਕਿਨ ਹਮਲਾ ਕਰਨ ਵਾਲਿਆਂ ਦੇ ਵਿੱਚੋਂ ਇੱਕ ਨੌਜਵਾਨ ਦਾ ਫੋਨ ਮੌਕੇ ਤੇ ਡਿੱਗ ਪਿਆ ਜਿਸ ਤੋਂ ਬਾਅਦ ਫੋਨ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਮਾਮਲੇ ਦੀ ਜਾਂਚ ਚੱਲ ਰਹੀ ਹੈ ਸ਼ੇਤੀ ਹੀ ਨੌਜਵਾਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕਿ ਜ਼ੂਮ ਐਪ ਵੀ ਹੋਵੇਗਾ ਬੈਨ ਪਰੋ ਇਸ ਸਵਾਲ ਤੇ ਲੋਕ ਸਭਾ ਚ ਸਰਕਾਰ ਦਾ ਜਵਾਬ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਭਾਰਤ ਦੇ ਵਿੱਚ ਜ਼ੂਮ ਐਪ ਵੀ ਬੈਨ ਹੋਣ ਜਾ ਰਿਹਾ ਹੈ ਇਸ ਇੱਕ ਤੋਂ ਬਾਅਦ ਇੱਕ ਚੀਨੀ ਐਪ ਬੈਨ ਹੋਣ ਦੇ ਕਾਰਨ ਇਹ ਸਵਾਲ ਵੀ ਕਈ ਲੋਕਾਂ ਦੇ ਮਨ ਵਿੱਚ ਆ ਰਿਹਾ ਹੁਣ ਕੇਂਦਰ ਸਰਕਾਰ ਨੇ ਇਸ ਤੇ ਲੋਕ ਸਭਾ ਵਿੱਚ ਆਪਣਾ ਰੁਖ ਸਾਫ਼ ਕਰ ਦਿੱਤਾ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ ਸੂਬਾ ਮੰਤਰੀ ਸੰਜੇ ਤੋਤਰੇ ਨੇ ਇੱਕ ਸਵਾਲ ਦੇ ਜਵਾਬ ਚੁ ਕਿਹਾ ਕਿ ਸਰਕਾਰ ਨੂੰ ਜੂਪ ਐਮ ਤੇ ਬੈਨਡ ਲਾਉਣ ਦਾ ਕੋਈ ਪ੍ਰਸਤਾਵ ਨਹੀਂ ਮਿਲਿਆ ਆਂਧਰਾ ਪ੍ਰਦੇਸ਼ ਦੇ ਨਰਾਸਾ ਪ੍ਰੋਮ ਦੇ ਵਿੱਚ ਸੰਸਦ ਰਗੂਰਾਮ ਰਾਜੂ ਨੇ ਇਸ ਤੇ ਸਵਾਲ ਪੁੱਛਿਆ ਸੀ ਹਾਲਾਂਕਿ ਸੂਬਾ ਮੰਤਰੀ ਨੇ ਏ ਜ਼ਰੂਰ ਕਿਹਾ ਕਿ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਨੇ ਜੂਮ ਐਪ ਦੇ ਸਮੇਤ ਹੋਰ ਵੀਡੀਓ ਕਾਨਫਰੈਂਸਿੰਗ ਟੂਲਾਂ ਦੀ ਸੁਰੱਖਿਆਤ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਜੇ ਯੂਜ਼ਰ ਇਹਨਾਂ ਗੱਲਾਂ ਦਾ ਧਿਆਨ ਵਿੱਚ ਰੱਖਦੇ ਹੋਏ ਜੂਮ ਐਪ ਦੀ ਵਰਤੋਂ ਕਰਦੇ ਹਨ ਤਾਂ ਸੁਰੱਖਿਅਤ ਰਹਿਣਗੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਆਈਸੋਲੇਸ਼ਨ ਚ ਭੱਜਿਆ ਕਰੋਨਾ ਪੀੜਤ ਵੱਡੀ ਖਬਰ ਫਿਰੋਜ਼ਪੁਰ ਤੋਂ ਆ ਰਹੀ ਆ ਸੋ ਦੋਸਤੋ ਤੁਸੀਂ ਇਸ ਦੇ ਵਿੱਚ ਪ੍ਰਸ਼ਾਸਨ ਦੀ ਨਿਕਾਮੀ ਜੇ ਸਮਝਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਜ਼ਰੂਰ ਲਿਖੋ ਕਿਉਂਕਿ ਸੇਵਲ ਹਸਪਤਾਲ ਫਿਰੋਜ਼ਪੁਰ ਦੇ ਆਈਸੋਲੇਸ਼ਨ ਚ ਵਾਰਡ ਦੇ ਵਿੱਚ ਦਾਖਲ ਕਰੋਨਾ ਚੋਰ ਮਰੀਜ਼ ਸਤਨਾਮ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਕਬਰਵੱਛਾ ਫਰਾਰ ਹੋ ਗਿਆ ਜਾਣਕਾਰੀ ਦੇ ਮੁਤਾਬਕ ਉਸ ਨੂੰ ਚੋਰੀ ਦੇ ਇੱਕ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ ਦਾ ਕਰੋਨਾ ਟੈਸਟ ਕਰਵਾਇਆ ਗਿਆ ਤਾਂ ਉਹ ਕਰੋਨਾ ਪੋਜ਼ਿਟਿਵ ਨਿਕਲਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਪਿੰਡ ਹਕੂਮਤ ਵਾਲਾ ਦੇ ਆਈਸੋਲੇਸ਼ਨ ਵਾਰਡ ਚ ਰੱਖਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਚ ਸ਼ਿਫਟ ਕਰ ਦਿੱਤਾ ਗਿਆ ਜਿੱਥੋਂ ਆਈਸੋਲੇਸ਼ਨ ਵਾਰਡ ਚ ਸ਼ਿਫਟ ਕੀਤਾ ਗਿਆ ਉਕਤ ਚੋਰ ਬੀਤੀ ਦੇ ਰਾਤ ਆਈਸੋਲੇਸ਼ਨ ਵਾਰਡ ਦੇ ਵਿੱਚੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਦੱਸਿਆ ਜਾ ਰਿਹਾ ਪਹਿਲਾਂ ਆਈਸੋਲੇਸ਼ਨ ਵਾਰਡ ਦੇ ਬੈੱਡ ਉੱਪਰ ਜੋ ਚਾਦਰਾਂ ਵਿਛਾਈਆਂ ਹੋਈਆਂ ਸਨ ਉਕਤ ਚਾਦਰਾਂ ਬੰਨ ਕੇ ਖਿੜਕੀ ਦੇ ਨਾਲ ਲਟਕਾ ਦਿੱਤੀਆਂ ਫਿਰ ਉਸੇ ਖਿੜਕੀ ਦੇ ਰਸਤੇ ਵਿੱਚੋਂ ਭੱਜਣ ਵਿੱਚ ਸਫਲ ਹੋ ਗਿਆ ਅੱਜ ਫਿਰ ਸਸਤਾ ਹੋਇਆ ਪੈਟਰੋਲ ਡੀਜ਼ਲ ਜਾਨੂ ਆਪਣੇ ਸ਼ਹਿਰ ਦਾ ਰੇਟ ਸੋ ਵੱਡੀ ਖਬਰ ਆ ਦੋਸਤੋ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਸਾਡੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਆਪਾਂ ਇਸ ਵੀਡੀਓ ਨੂੰ 1800 ਦੇ ਲਾਈਕ ਤੇ ਲੈ ਕੇ ਜਾਣਾ ਸਾਰੇ ਵੀਰ ਅਤੇ ਭੈਣਾਂ ਜਲਦੀ ਜਲਦੀ ਵੀਡੀਓ ਲਾਈਕ ਕਰਨ ਅੱਜ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਆ ਅੱਜ ਪੈਟਰੋਲ ਵਿੱਚ 15 ਪੈਸੇ ਪ੍ਰਤੀ ਲੀਟਰ ਘਟਾ ਕੇ 81 ਰੁਪਏ 40 ਪੈਸੇ ਅਤੇ ਡੀਜ਼ਲ 19 ਪੈਸੇ ਪ੍ਰਤੀ ਲੀਟਰ ਘਟਾ ਕੇ 72 ਰੁਪਏ 37 ਪੈਸੇ ਪ੍ਰਤੀ ਲੀਟਰ ਤੇ ਆ ਗਿਆ ਤੇ IOCL ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਦਿੱਲੀ ਵਿੱਚ 1 ਲੀਟਰ ਪੈਟਰੋਲ ਦੀ ਕੀਮਤ 81 ਰੁਪਏ 40 ਪੈਸੇ ਪ੍ਰਤੀ ਲੀਟਰ ਹੈ ਮੁੰਬਈ ਦੇ ਵਿੱਚ 88 ਰੁਪਏ 7 ਰੁਪਏ ਪ੍ਰਤੀ ਲੀਟਰ ਹੈ ਤੇ ਕੋਲਕਾਤਾ ਦੇ ਵਿੱਚ 1 ਲੀਟਰ ਪੈਟਰੋਲ 82 ਰੁਪਏ 98 ਪੈਸੇ ਹੈ ਡੀਜ਼ਲ ਦੇ ਵਿੱਚ ਵੀ ਅੱਜ ਜਿਹੜਾ ਡਾਊਨਫਾਲ ਆਇਆ ਤੇ ਸਰਕਾਰ ਦੇ ਦੁਆਰਾ ਸੰਚਾਲਿਤ ਅਤੇ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਭਾਰਤ ਪੈਟਰੋਲੀਅਮ ਅਤੇ ਹਿੰਦੂਸਤਾਨ ਪੈਟਰੋਲੀਅਮ ਹਰ ਦਿਨ ਸਵੇਰੇ 6 ਵਜੇ ਕੀਮਤਾਂ ਦੇ ਵਿੱਚ ਕਿਸੇ ਵੀ ਬਦਲਾਅ ਨੂੰ ਲਾਗੂ ਕਰਦੀਆਂ ਹਨ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਭਾਅ ਲਗਾਤਾਰ ਥੱਲੇ ਆ ਰਹੇ ਹਨ ਸੋ ਦੋਸਤੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਕਿੰਨੇ ਰੁਪਏ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਪੰਜਾਬ ਦੇ ਵਿੱਚ ਕਰਨਾ ਚਾਹੀਦਾ ਹੈ 24 ਘੰਟਿਆਂ ਦੇ ਵਿੱਚ ਕਰੋਨਾ ਨੇ ਤੋੜੇ ਸਾਰੇ ਰਿਕਾਰਡ 97894 ਨਵੇਂ ਮਾਮਲੇ 1132 ਮੌਤਾਂ ਕੁੱਲ ਅੰਕੜਾ 51 ਲੱਖ ਦੇ ਪਾਰ ਦੇਸ਼ ਵਿੱਚ ਜਿਵੇਂ ਜਿਵੇਂ ਕਰੋਨਾ ਫੈਲ ਰਿਹਾ ਹੈ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ ਹੁਣ ਦੇਸ਼ ਦੇ ਵਿੱਚ ਕਰੋਨਾ ਕੇਸਾਂ ਦਾ ਅੰਕੜਾ 51 ਲੱਖ ਨੂੰ ਪਾਰ ਕਰ ਗਿਆ ਜ਼ਿਆਦਾਤਰ ਸੰਕਟ ਸੇਵਾਵਾਂ ਸਿਹਤ ਸੇਵਾਵਾਂਾਂ ਤੇ ਦਿਖਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਆਕਸੀਜਨ ਦੀ ਸਪਲਾਈ ਦੀ ਵੀ ਘਾਟ ਹੋ ਗਈ ਹੈ ਕੁਝ ਥਾਵਾਂ ਤੇ ਬੈੱਡਾਂ ਦੀ ਵੀ ਘਾਟ ਹੋ ਗਈ ਹੈ ਦੇਸ਼ ਵਿੱਚ ਕਰੋਨਾ ਵਾਇਰਸ ਆਪਣਾ ਗੰਭੀਰ ਅਸਰ ਦਿਖਾ ਰਿਹਾ ਹੈ ਇਸ ਦੌਰਾਨ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ ਕਰੋਨਾ ਦੇ 97894 ਨਵੇਂ ਰਿਕਾਰਡ ਤੋੜ ਮਰੀਜ਼ ਮਿਲੇ ਜਦਕਿ 1132 ਲੋਕਾਂ ਦੀ ਮੌਤ ਹੋ ਗਈ ਹੁਣ ਤੱਕ 5118254 ਲੋਕ ਕਰੋਨਾ ਦੀ ਲਪੇਟ ਦੇ ਵਿੱਚ ਆ ਚੁੱਕੇ ਹਨ ਸਿਹਤ ਮੰਤਰਾਲੇ ਦੇ ਤਾਜ਼ਾ ਅਪਡੇਟ ਦੇ ਅਨੁਸਾਰ ਇਸ ਵੇਲੇ कोरोना ਦੇ 10 ਲੱਖ 9980 ਐਕਟਿਵ ਕੇਸ ਹਨ করোনা ਤੋਂ ਹੁਣ ਤੱਕ 83188 ਮਰੀਜ਼ ਜਿਹੜੇ ਮੌਤ ਮੌਤਾਂ ਹੋ ਚੁੱਕੀਆਂ ਹਨ ਤੇ ਵਾਇਰਸ ਦੀ ਲਾਗ ਦੇ ਨਾਲ 4052080 ਵਿਅਕਤੀ ਠੀਕ ਹੋ ਚੁੱਕੇ ਹਨ ਜੇਕਰ ਬੈਂਕ ਚ ਤੁਹਾਡੇ ਪੈਸੇ ਜਮ੍ਹਾਂ ਹਨ ਤਾਂ ਹੁਣ ਇਹ ਆਇਆ ਨਵਾਂ ਕਾਨੂੰਨ ਇਸ ਵੇਲੇ ਦੀ ਵੱਡੀ ਖਬਰ ਆ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਲੋਕ ਸਭਾ ਬੈਂਕਿੰਗ ਰੈਗੂਲੇਸ਼ਨ ਐਕਟ 1949 ਵਿੱਚ ਸੋਧ ਕਰਨ ਦੀ ਸੋਧ ਬਿੱਲ ਤੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਕੋਈ ਵੀ ਬੈਂਕ ਮੁਸੀਬਤ ਵਿੱਚ ਫਸ ਜਾਂਦਾ ਤਾਂ ਲੋਕਾਂ ਦੀ ਮਿਹਨਤ ਦੇ ਨਾਲ ਪੈਸਾ ਵੀ ਮੁਸੀਬਤ ਵਿੱਚ ਪੈ ਜਾਂਦਾ ਹੁਣ ਨਵਾਂ ਕਾਨੂੰਨ ਲੋਕਾਂ ਦੇ ਬੈਂਕ ਵਿੱਚ ਜਮਾਤੰਨ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਇਸ ਦੇ ਨਾਲ ਹੀ ਦੇਸ਼ ਦੇ ਸਾਰੇ ਸਹਿਕਾਰੀ ਅਤੇ ਰਿਜ਼ਰਵ ਬੈਂਕ ਆਰਬੀਆਈ ਦੇ ਅਧੀਨ ਆਉਣਗੇ ਕੇਂਦਰੀ ਸਰਕਾਰ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੇ ਵਿੱਚ ਸੋਧ ਕਰਕੇ ਬੈਂਕ ਉਪਭੋਗਤਾਵਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣੀ ਚਾਹੁੰਦਾ ਹੈ ਬਿੱਲ ਪਾਸ ਹੋਣ ਤੋਂ ਪਹਿਲਾਂ ਵਿੱਤ ਮੰਤਰੀ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਤੇ ਛੋਟੇ ਬੈਂਕਾਂ ਦੇ ਜਮਾ ਕਰਤਾ ਪਿਛਲੇ 2 ਸਾਲਾਂ ਤੋਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਇਹ ਬੈਂਕ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ ਤੇ ਇੱਕ ਮੋਰਟੋਰੀਅਮ ਦੀ ਸਹੂਲਤ ਚਾਹੁੰਦੇ ਹਨ ਜਿਸ ਵਿੱਚ ਰੈਗੂਲੇਟਰ ਦਾ ਬਹੁਤ ਮਾੜਾ ਸਮਾਂ ਹੁੰਦਾ ਹੈ ਦੱਸ ਦਈਏ ਇਹ ਬਿੱਲ ਪਹਿਲਾ ਮਾਰਚ ਵਿੱਚ ਸੈਸ਼ਨ ਵਿੱਚ ਪੇਸ਼ ਕੀਤਾ ਗਿਆ ਹਾਲਾਂਕਿ ਕੋਵਿਡ-19 ਮਹਾਮਾਰੀ ਦੇ ਕਾਰਨ ਪਾਸ ਨਹੀਂ ਹੋ ਸਕਿਆ ਰਾਸ਼ਟਰਪਤੀ ਗ੍ਰਹਿ ਮੰਤਰੀ ਸਮੇਤ ਕਈ ਆਗੂਆਂ ਨੇ ਦਿੱਤੀ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਸੋ ਸਰੋਤੇ ਵੀ ਆਪਣੇ ਕੀਮਤੀ ਵਿਚਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੀ ਵਧਾਈ ਦੇ ਲਈ ਕਮੈਂਟ ਸੈਕਸ਼ਨ ਦੇ ਵਿੱਚ ਮਨ ਆਈ ਟਿੱਪਣੀ ਕਰ ਸਕਦੇ ਹਨ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 70ਵਾਂ ਜਨਮ ਦਿਨ ਹੈ ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਲੈ ਕੇ ਖਾਸ ਤਿਆਰੀਆਂ ਕੀਤੀਆਂ ਹਨ ਇਸ ਮੌਕੇ ਇਸ ਹਫਤੇ ਦੀ ਸ਼ੁਰੂਆਤ ਸੇਵਾ ਦੇ ਨਾਂ ਤੇ ਕੀਤੀ ਗਈ ਹੈ ਤੇ 14 ਤੋਂ 20 ਸਤੰਬਰ ਤੱਕ ਇਹ ਹਫਤਾ ਚੱਲੇਗਾ ਅੱਜ ਮੋਦੀ ਦੇ ਜਨਮ ਦਿਨ ਦੇ ਉੱਤੇ ਰਾਸ਼ਟਰਪਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਦੇ ਸਮੇਤ ਕਈ ਵੱਡੇ ਆਗੂਆਂ ਨੇ ਉਹਨਾਂ ਨੂੰ ਵਧਾਈ ਦਿੱਤੀ। ਰਾਹੁਲ ਗਾਂਧੀ ਤੇ ਨਿਤਿਸ਼ ਕੁਮਾਰ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਟਵੀਟ ਕਰਕੇ ਲਿਖਿਆ ਪੀਐਮ ਨਰਿੰਦਰ ਮੋਦੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਛੋਟੀ ਜਿਹੀ ਗੱਲ ਨੂੰ ਲੈ ਕੇ ਹੋਏ ਵਿਵਾਦ ਚ ਡੀਜੇ ਸੰਚਾਲਕ ਦੀ ਬੇਰਹਿਮੀ ਦੇ ਨਾਲ ਹੱਤਿਆ ਮੋਗਾ ਦੇ ਪਿੰਡ ਕਾਲੇਕੇ ਦੇ ਵਿੱਚ ਡੀਜੇ ਬੰਦ ਕਰਨ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ ਡੀਜੇ ਸੰਚਾਲਕ ਅਵਤਾਰ ਸਿੰਘ ਜਿਹੜਾ ਕਿ ਨਿਵਾਸੀ ਬਾਗਾ ਪੁਰਾਣਾ ਦੀ ਕੋਟਮਾਰ ਕਰਕੇ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਖੇਤੀ ਆਰਡੀਨੈਂਸਾਂ ਤੇ ਜਾਨ ਨੂੰ ਕੀ ਬੋਲੇ ਸੁਖਪਾਲ ਖਿਆਲ ਸੋ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੇਸ਼ਨ ਦੇ ਸਬੰਧ ਵਿੱਚ ਕਿਸਾਨਾਂ ਵੱਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਚਲਦਿਆਂ ਦੇਸ਼ ਭਰ ਦੇ ਕਿਸਾਨਾਂ ਵੱਲੋਂ ਇਸ ਸਬੰਧੀ ਧਰਨੇ ਲਗਾਏ ਜਾ ਰਹੇ ਹਨ ਪਰ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਕਾਫੀ ਹਾਈ ਲੈਵਲ ਤੇ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਖੇਤੀ ਪ੍ਰધાન ਸੂਬਾ ਹੈ ਇਸ ਸਬੰਧ ਦੇ ਵਿੱਚ ਪੰਜਾਬ ਏਕਤਾ ਪਾਰਟੀ ਦੇ ਹਲਕਾ ਪੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਖੇਤੀ ਆਰਡੀਨੈਂਸ ਬਿੱਲ ਹਨ ਉਹ ਕਿਸਾਨ ਵਿਰੋਧੀ ਵੀ ਹਨ ਖੇਤ ਮਜ਼ਦੂਰ ਵਿਰੋਧੀ ਵੀ ਹਨ ਤੇ ਸੂਬਿਆਂ ਦੇ ਵੱਧ ਅਧਿਕਾਰਾਂ ਤੇ ਡਾਕਾ ਵੀ ਹੈ ਉਹਨਾਂ ਨੇ ਕਿਹਾ ਜਿਹੜੇ ਤਿੰਨ ਬਿੱਲ ਖੇਤੀ ਆਰਡੀਨੈਂਸ ਦੇ ਨਾਲ ਜੁੜੇ ਹੋਏ ਹਨ ਇੱਕ ਦੇਸ਼ ਇੱਕ ਮੰਡੀ ਇਸ ਦੇ ਨਾਲ ਇਹ ਹੋਵੇਗਾ ਕਿ ਸਾਡੇ ਕੋਲੋਂ ਪੰਜਾਬ ਮੰਡੀ ਬੋਰਡ ਦੇ ਵਿੱਚ ਜਿਹੜੇ ਸਾਡੇ ਸੂਬਿਆਂ ਦੇ ਅਧਿਕਾਰ ਹਨ ਸਾਡੇ ਕੋਲੋਂ ਪੰਜਾਬ ਮੰਡੀ ਬੋਰਡ 'ਚ ਹਰ ਸਾਲ ਜਦੋਂ ਵੀ ਕੋਈ ਖਰੀਦ ਆਉਂਦੀ ਹੈ ਤਾਂ 6% ਦੀ ਹਰ ਕੁਆਂਟਲ ਦੇ ਪਿੱਛੇ ਮੰਡੀ ਬੋਰਡ ਦੇ ਅਕਾਊਂਟ ਵਿੱਚ ਆਟੋਮੈਟਿਕ ਪੈਸੇ ਆਉਂਦੇ ਹਨ ਉਸ ਪੈਸੇ ਨਾਲ ਪੰਜਾਬ ਦਾ ਪਿੰਡੂ ਵਿਕਾਸ ਤੇ ਬੇਹੱਦ ਖਰਚ ਕੀਤੇ ਜਾਂਦੇ ਹਨ ਪਰ ਜਦੋਂ ਇੱਕ ਮੰਡੀ ਇੱਕ ਦੇਸ਼ ਹੋਵੇਗਾ ਤਾਂ ਅਜਿਹਾ ਕੁਝ ਨਹੀਂ ਹੋਵੇਗਾ ਸੋ ਸਰੋਤੇ ਵੀਰੋ ਜੇਕਰ ਤੁਸੀਂ ਖੇਤੀਬਾੜੀ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਹੋ ਤਾਂ ਕਮੈਂਟ ਸੈਕਸ਼ਨ 'ਚ ਯੈਸ ਜ਼ਰੂਰ ਲਿਖੋ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਇੰਜਣ ਤਿਆਰ ਇਕੱਲੇ ਖਿੱਚੇਗਾ ਟ੍ਰੇਨ ਦੇ 150 ਡੱਬੇ ਭਾਰਤੀ ਰੇਲਵੇ ਨੇ ਮਾਲ ਰੇਲ ਗੱਡੀਆਂ ਨਾਲੋਂ ਘੱਟੋ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਮਾਲ ਢੋਣ ਦੇ ਲਈ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਇੰਡੀਅਨ ਰੇਲਵੇ ਨੇ ਮੇਕ ਇਨ ਇੰਡੀਆ ਦੇ ਤਹਿਤ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਇੰਜਣ ਡਬਲਯੂ 12 ਇੰਜਣ ਬਣਾਇਆ ਇਹ 1.5 ਕਿਲੋਮੀਟਰ ਲੰਮੀ ਯਾਤਰਾ ਦੀ ਟ੍ਰੇਨ ਕਰ ਸਕਦਾ ਹੈ ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਇੰਜਣ 12000 ਹਾਰਸ ਪਾਵਰ ਦਾ ਹੈ ਤੇ ਇਹ ਰੇਲਵੇ ਦੀ ਤਰੱਕੀ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਏਗਾ ਜੋ ਦੇਸ਼ ਦੇ ਵਿੱਚ ਵਿਕਾਸ ਨੂੰ ਹੋਰ ਤਰੀਕਿਆਂ ਦੇ ਨਾਲ ਖੋਲ ਦੇਵੇਗਾ ਭਾਈਵਾਲੀ ਦਾ ਮਤਲਬ ਇਹ ਨਹੀਂ ਕਿ ਭਾਜਪਾ ਜੋ ਮਰਜ਼ੀ ਕਹੇ ਅਸੀਂ ਮੰਨ ਲਵਾਂਗੇ ਭੂੰਦੜ ਖੇਤੀ ਆਰਡੀਨੈਂਸਾਂ ਦੇ ਬਾਰੇ ਅਕਾਲੀ ਦਲ ਦੇ ਯੂ ਟਰਨ ਤੋਂ ਬਾਅਦ ਅਕਾਲੀ ਆਗੂਆਂ ਨੇ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਧੜਾ ਧੜ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਸੀਂ ਦੋਵਾਂ ਸਦਨਾਂ ਦੇ ਵਿੱਚ ਇਸ ਖੇਤੀ ਆਰਡੀਨੈਂਸ ਦਾ ਵਿਰੋਧ ਕਰਾਂਗੇ ਉਹਨਾਂ ਨੇ ਕਿਹਾ ਸਾਡੀ ਇੱਕ ਆਜ਼ਾਦ ਪਾਰਟੀ ਹੈ ਭਾਰੀ ਵਾਲੀ ਦਾ ਮਤਲਬ ਇਹ ਨਹੀਂ ਕਿ ਭਾਜਪਾ ਜੋ ਵੀ ਕਹੇਗੀ ਅਸੀਂ ਉਸ ਨੂੰ ਮੰਨਾਂਗੇ ਉਹਨਾਂ ਦਾ ਆਪਣਾ ਅਜੰਡਾ ਹੈ ਸਾਡਾ ਆਪਣਾ ਅਜੰਡਾ ਹੈ ਭਾਰਤ ਨੇ ਲਗਾਈ ਨਰਿਆਤ ਤੇ ਪਾਬੰਦੀ ਤਾਂ ਪਿਆਜ਼ ਦੇ ਹੰਝੂ ਰੋਣ ਲੱਗਾ ਨੇਪਾਲ 4 ਦਿਨਾਂ ਦੇ ਵਿੱਚ ਕੀਮਤ ਪਹੁੰਚੀ 150 ਰੁਪਏ ਕਿਲੋ ਭਾਰਤ ਸਰਕਾਰ ਵੱਲੋਂ ਬਰਾਮਤ ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਗਵਾਂਡੀ ਦੇਸ਼ ਨੇਪਾਲ ਦੇ ਵਿੱਚ ਪਿਆਜ਼ ਦੀਆਂ ਕੀਮਤਾਂ ਅਸਮਾਨੀ ਪਹੁੰਚ ਗਈਆਂ ਹਨ ਪਹਿਲਾਂ 20-30 ਰੁਪਏ ਪ੍ਰਤੀ ਕਿਲੋ ਵੇਚ ਰਹੇ ਪਿਆਜ਼ ਦੀ ਪਰਚੂਨ ਕੀਮਤ 150 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਕਈ ਥਾਵਾਂ ਤੇ ਵਪਾਰੀਆਂ ਤੇ ਹੋਲਡਿੰਗਾਂ ਤੇ ਕਾਲੀ ਮਾਰਕੀਟਿੰਗ ਸ਼ੁਰੂ ਹੋ ਗਈ ਹੈ ਅਜਿਹੀ ਸਥਿਤੀ ਆਉਣ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਕੀਮਤ ਵਿੱਚ ਹੋਰ ਵਾਧਾ ਹੋ ਸਕਦਾ ਹੈ ਰੋਸ ਰੈਲੀ ਕਰਨ ਪੂਜੇ ਬੈਂਸਪਰਾਮਾ ਨੂੰ ਸਾਥੀਆਂ ਸਣੇ ਜਲੰਧਰ ਪੁਲਿਸ ਨੇ ਕੀਤਾ ਗ੍ਰਿਫਤਾਰ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾ ਤੇ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਨੇ ਅੱਜ ਇੱਥੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਕੁੱਟਾਲੇ ਦੇ ਦੋਛਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਇਹ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵਿਰੋਧ ਰੈਲੀ ਕੱਢਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਪੁਲਿਸ ਬੈਂਸ ਭਰਾਵਾ ਨੂੰ ਉਹਨਾਂ ਦੇ ਸਾਥੀਆਂ ਤੋਂ ਬੱਸਾਂ ਦੇ ਵਿੱਚ ਬਿਠਾ ਕੇ ਲੈ ਗਈ ਮੌਕੇ ਤੇ 71 ਜਾਣਕਾਰੀ ਦੇ ਅਨੁਸਾਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਿਕਰਮਜੀਤ ਸਿੰਘ ਬੈਂਸ ਬਲਵਿੰਦਰ ਸਿੰਘ ਬੈਂਸ ਤੇ ਉਹਨਾਂ ਦੇ ਸਾਥੀਆਂ ਨੇ ਲੰਮਾ ਪਿੰਡ ਚੌਂਕ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿੱਚ 64 ਕਰੋੜ ਰੁਪਏ ਦੇ 도ਚਾਂ ਵਿੱਚ ਕਿਰੇ ਪੰਜਾਬ ਦੇ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੂਤ ਦੇ ਵਿਰੁੱਧ ਮਾਮਲਾ ਦਰਜ ਕਰਨ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਦਲਿਤ ਵਿਦਿਆਰਥੀਆਂ ਦੇ ਨਾਲ ਥਾਲੀ ਵੀਲਰਾਂ ਤੇ ਰੋਸ ਰੈਲੀ ਕੱਢਣ ਦਾ ਪ੍ਰੋਗਰਾਮ ਉਲੀਕਿਆ ਸੀ ਸੋ ਦੋਸਤੋ ਤੁਸੀਂ ਹੁਣ ਸਿਮਰਜੀਤ ਬੈਂਸ ਦੇ ਹੱਕ ਦੇ ਵਿੱਚ ਹੋ ਤਾਂ ਕਮੈਂਟ ਸੈਕਸ਼ਨ ਚ ਯੈਸ ਜ਼ਰੂਰ ਲਿਖੋ ਪੰਜ ਪੈਣਾ ਦੇ ਭਰਾ ਦੀ ਹਾਦਸੇ ਚ ਮੌਤ ਪਿਤਾ ਗੰਭੀਰ ਜ਼ਖਮੀ ਓਵਰਲੋਡ ਟਿਪਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਅੱਜ ਸਵੇਰੇ ਤੜਕਸਰ ਅਜਨਾਲਾ ਸ਼ਹਿਰ ਚ ਰਾਧਾ ਸੁਆਮੀ ਸਤਸੰਗਤ ਭਵਨ ਦੇ ਨਜ਼ਦੀਕ ਤੇਜ਼ ਰਫਤਾਰ ਟਿਪਰ ਦੇ ਵੱਲੋਂ ਮੋਟਰਸਾਈਕਲ ਸਵਾਰ ਪਿਤਾ ਪੁੱਤਰ ਨੂੰ ਦਰੇੜ ਦੇਣ ਦੇ ਨਾਲ ਪੁੱਤਰ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਪਿਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਠਾਣਾ ਅਜਨਾਲਾ ਦੇ ਏਐਸਆਈ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਲਪ੍ਰੀਤ ਅਤੇ ਉਸ ਦਾ ਪਿਤਾ ਸੁਖਦੇਵ ਆਪਣੇ ਆਵਾਨ ਨੇੜੇ ਲੱਖੂ ਵਾਲਾ ਵਿਖੇ ਮੋਟਰਸਾਈਕਲ ਤੇ ਸਵਾਰ ਹੋ ਕੇ ਅਜਨਾਲਾ ਵਿਖੇ ਸਬਜ਼ੀ ਲੈਣ ਆ ਰਹੇ ਸਨ ਜਦੋਂ ਉਹ ਰਾਧਾ ਸੁਆਮੀ ਭਵਨ ਨੇੜੇ ਪੂਜੇ ਤਾਂ ਅੰਮ੍ਰਿਤਸਰ ਸਾਹਿਬ ਵਾਲੀ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਟਿਪਰ ਨੇ ਬੁਰੀ ਤਰ੍ਹਾਂ ਦਰੜ ਦਿੱਤਾ ਦੇਸ਼ ਦੀ ਜੀਡੀਪੀ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਲੱਗੇਗਾ ਬਹੁਤ ਸਮਾਂ 코로나 ਵਾਇਰਸ ਮਹਾਮਾਰੀ ਨਾਲ ਭਾਰਤੀ ਆਰਥਿਕਤਾ ਬਹੁਤ ਬੁਰੀ ਤਰ੍ਹਾਂ ਹਿੱਲ ਗਈ ਹੈ ਸਰਕਾਰੀ ਅੰਕੜਿਆਂ ਦੇ ਮੁਤਾਬਕ ਅਪ੍ਰੈਲ ਜੂਨ ਦੀ ਤਿਮਾਹੀ ਵਿੱਚ ਅਰਥ ਵਿਵਸਥਾ ਦਾ ਘਾਟ 3.9% ਦੀ ਘਟ ਗਿਆ ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀकांत ਦਾਸ ਨੇ ਮੰਨਿਆ ਕਿ ਅਜੇ ਅਰਥ ਵਿਵਸਥਾ ਪਟੜੀ ਤੇ ਨਹੀਂ ਚੜੀ ਗਵਰਨਰ ਨੇ ਸੰਕੇਤ ਦਿੱਤਾ ਕਿ ਅਰਥ ਵਿਵਸਥਾ ਨੂੰ ਤੇ ਆਰਥਿਕਤਾ ਨੂੰ ਪੈਰਾਂ ਸਿਰ ਹੋਣ ਦੇ ਲਈ ਸਮਾਂ ਲੱਗੇਗਾ ਸ਼ਕਤੀਕਾਂਤ ਦਾਸ ਨੇ ਸਪਸ਼ਟ ਕੀਤਾ ਕਿ ਅਰਥ ਵਿਵਸਥਾ ਵਿੱਚ ਸੁਧਾਰ ਹਲੇ ਪੂਰੀ ਰਫ਼ਤਾਰ ਨਾਲ ਨਹੀਂ ਪਹੁੰਚ ਸਕਿਆ ਅਦੇਹੇ ਵਿੱਚ ਕੇਂਦਰੀ ਬੈਂਕ ਵਾਅਦੇ ਨੂੰ ਸਮਰਥਨ ਦੇਣ ਲਈ ਜ਼ਰੂਰਤ ਪੈਣ ਤੇ ਹਰ ਕਦਮ ਉਠਾਉਣ ਦੇ ਲਈ ਤਿਆਰ ਹਨ ਕੋਟਾ ਚ ਕਿਸ਼ਤੀ ਪਲਟਣ ਨਾਲ 11 ਲੋਕਾਂ ਦੀ ਮੌਤ ਪ੍ਰਧਾਨ ਮੰਤਰੀ ਸਮੇਤ ਲੋਕ ਸਭਾ ਸਪੀਕਰ ਨੇ ਕੀਤਾ ਦੁੱਖ ਜ਼ਾਹਰ ਰਾਜਸਥਾਨ ਦੇ ਬੁੰਦੀ ਜ਼ਿਲ੍ਹੇ ਦੇ ਇੱਕ ਮੰਦਰ ਵਿੱਚ 30 ਤੋਂ ਵੱਧ ਸ਼ਰਦਾ ਲਵਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਬੁੱਧਵਾਰ ਸਵੇਰੇ ਇੱਥੇ ਪਲਟ ਜਾਣ ਦੇ ਨਾਲ ਔਰਤ ਅਤੇ ਬੱਚਿਆਂ ਦੇ ਸਮੇਤ 11 ਲੋਕਾਂ ਦੀ ਮੌਤ ਹੋ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਲੋਕ ਅਜੇ ਵੀ ਲਾਪਤਾ ਹਨ ਜਦਕਿ 20 ਸ਼ਰਦਾ ਲਵਾਂ ਨੂੰ ਵਿਚਾਰਿਆ ਗਿਆ ਤੇ ਪ੍ਰਧਾਨ ਮੰਤਰੀ ਲੋਕ ਮੋਦੀ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਘਟਨਾ ਤੇ ਦੁੱਖ ਜ਼ਾਹਰ ਕੀਤਾ ਇੱਕ ਵੈਕਟਰੀਨ ਸੋਨੂ ਸੂਤੋ ਬਿਹਾਰ ਲਈ ਮੰਗੀ ਭਾਜਪਾ ਦੀ ਟਿਕਟ ਐਕਟਰ ਨੇ ਇਸ ਜਵਾਬ ਦੇ ਨਾਲ ਜਿੱਤਿਆ ਦਿਲ कोरोना महामारी ਦੌਰਾਨ ਬਾਲੀਵੁੱਡ ਐਕਟਰ ਸੋਨੂ ਸੂਦ ਨੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਨੇਕ ਕੰਮ ਕੀਤਾ ਇਸ ਵਜ੍ਹਾ ਨਾਲ ਸੋਨੂ ਸੂਦ ਇੱਕ ਵੱਖ ਪਛਾਣ ਬਣੀ ਤੇ ਲੋਕਾਂ ਦੇ ਲਈ ਉਸ ਦਾ ਨਾਮ ਵੀ ਜਾਰੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਦੀ ਮਦਦ ਕਰ ਰਹੇ ਇਸ ਵਾਰ ਇੱਕ ਵਿਅਕਤੀ ਨੇ ਸੋਨੂ ਸੂਦ ਨੂੰ ਅਜੀਬ ਡਿਮਾਂਡ ਕਰ ਦਿੱਤੀ ਪਰ ਇਸ ਸੈਕਟਰ ਨੇ ਵੀ ਸ਼ਾਨਦਾਰ ਜਵਾਬ ਦੇ ਕੇ ਫੈਨਸ ਦਾ ਦਿਲ ਜਿੱਤਿਆ ਇੱਕ ਯੂਜ਼ਰ ਨੇ ਸੋਨੂ ਟਵਿੱਟਰ ਤੇ ਸੋਨੂ ਸੂਦ ਨੂੰ ਟੈਗ ਕਰਕੇ ਲਿਖਿਆ ਕਿ ਉਹ ਉਹਨਾਂ ਨੂੰ ਬਿਹਾਰ ਵਿਧਾਨ ਸਭਾ ਦੇ ਵਿੱਚ ਚੋਣ ਲਈ ਭਾਜਪਾ ਤੋਂ ਟਿਕਟ ਲੈ ਕੇ ਦੇਵੇ ਉਹ ਚੋਣ ਜਿੱਤ ਕੇ ਲੋਕਾਂ ਦੀ ਸੇਵਾ ਕਰਨੇ ਚਾਹੁੰਦੇ ਹਨ ਸੋਨੂ ਸੂਦਨੇ ਇਸ ਟੀਵੀ ਬੀਟ ਦੇ ਜਵਾਬ ਵਿੱਚ ਲਿਖਿਆ ਬਸ ਟ੍ਰੇਨ ਤੇ ਪਲਾਨ ਦੀ ਟਿਕਟ ਤੋਂ ਇਲਾਵਾ ਮੈਨੂੰ ਕੋਈ ਟਿਕਟ ਲੈ ਕੇ ਦੇਣੀ ਨਹੀਂ ਆਉਂਦੀ ਮੇਰੇ ਭਰਾ ਕਿਸਾਨਾਂ ਦੇ ਹੱਕ 'ਚੋਂ ਮੋੜ ਡੜੇ ਮੋੜ ਡਟੇ ਦਲਜੀਤ ਦੋਸਾਂਝ ਖੇਤੀ ਆਰਡੀਨੈਂਸਾਂ ਦਾ ਖੁੱਲਕੇ ਕੀਤਾ ਵਿਰੋਧ ਸੋ ਦੋਸਤੋ ਦਲਜੀਤ ਦੋਸਾਂਝ ਤੇ ਲਈ ਇੱਕ ਲਾਈਕ ਤੁਸੀਂ ਜ਼ਰੂਰ ਕਰੋ ਸਰਕਾਰ ਵੱਲੋਂ ਖੇਤੀ ਸੈਕਟਰ ਦੇ ਨਾਲ ਜੁੜੇ ਤਿੰਨ ਬਿੱਲ ਪੇਸ਼ ਕਰਨ ਮਗਰੋਂ ਪੰਜਾਬ ਦੇ ਕਿਸਾਨਾਂ ਦੇ ਆਰ ਪਾਰ ਦੀ ਲੜਾਈ ਵਧ ਦਿੱਤੀ ਆ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਡੇ ਵੱਡੇ ਐਕਸ਼ਨ ਕਰ ਰਹੀਆਂ ਹਨ 10 ਕਿਸਾਨ ਜਥੇਬੰਦੀਆਂ ਨੇ ਸੂਬੇ ਵਿੱਚ ਵਕ ਵਕ ਥਾਵਾਂ ਤੇ ਸੜਕਾਂ ਜਾਮ ਕਰ ਦਿੱਤੀਆਂ ਹਨ ਤੇ ਕਿਸਾਨਾਂ ਦਾ ਜੇਲ੍ਹ ਪਰ ਅੰਦੋਲਨ ਵੀ ਜਾਰੀ ਆ ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਸਰਕਾਰ ਉਸ ਤੋਂ ਬਾਅਦ ਜੀ ਕਿਸਾਨਾਂ ਦੇ ਇਸ ਸੰਘਰਸ਼ ਨੂੰ ਦੇਖਦੇ ਹੋਏ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਵੀ ਆਪਣੀ ਆਪਣੇ ਤਰੀਕੇ ਦੇ ਨਾਲ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ ਇਸ ਦੇ ਤਹਿਤ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੁਸਾਂਜ ਨੇ ਟਵੀਟ ਕਰਕੇ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਹਰਾ ਲਿਖਿਆ ਹੈ ਦਲਜੀਤ ਨੇ ਲਿਖਿਆ ਜੀ ਕਿਸਾਨ ਬਚਾਓ ਦੇਸ਼ ਬਚਾਓ ਉਹਨਾਂ ਨੇ ਲਿਖਿਆ ਕਿ ਕਿਸਾਨ ਵਿਰੋਧੀ ਬਿੱਲਾਂ ਦਾ ਅਸੀਂ ਸਾਰੇ ਵਿਰੋਧ ਕਰਦੇ ਹਾਂ ਖੇਤੀ ਆਰਡੀਨੈਂਸਾਂ ਦੇ ਖਿਲਾਫ ਪੰਜਾਬ ਚ ਰੋਜ਼ਾਨਾ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ ਤੇ ਕਿਸਾਨਾਂ ਦਾ ਦੋਸ਼ ਹੈ ਰੋਸ ਹੈ ਕਿ ਆਰਡੀਨੈਂਸ ਉਹਨਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੇ ਹਨ ਅਸੀਂ ਪਿੱਛੇ ਨਹੀਂ ਹਟਾਂਗੇ ਜੋ ਮਰਜ਼ੀ ਹੋ ਜਾਵੇ ਰਾਜਨਾਥ ਸਿੰਘ ਸੋ ਭਾਰਤ ਦੇ ਰੱਖਿਆ ਮੰਤਰੀ ਦੇ ਵੱਲੋਂ ਰਾਜ ਸਭਾ ਵਿੱਚ ਭਾਰਤ-ਚੀਨ ਵਿੱਚਕਾਰ ਚੱਲ ਰੇ ਤਣਾਅ ਤੇ ਜ਼ਾਰੀਕਾਰੀ ਦਿੰਦੇ ਹੋਏ ਦੱਸਿਆ ਕਿ ਚੀਨ ਸਮਝੌਤਿਆਂ ਤੋਂ ਮੁੱਕ ਰਿਹਾ ਹੈ ਅਸੀਂ ਝੁਕਾਂਗੇ ਨਹੀਂ ਪਿੱਛੇ ਨਹੀਂ ਹਟਾਂਗੇ ਚਾਹੇ ਜੋ ਮਰਜ਼ੀ ਹੋ ਜਾਵੇ ਅਮਰੀਕੀ ਜੰਗਲਾਂ ਦੀ ਅੱਗ ਦਾ ਧੂਆਂ 8000 ਕਿਲੋਮੀਟਰ ਦੂਰੀ ਤੈਅ ਕਰਕੇ ਯੂਰਪ ਪਹੁੰਚਿਆ ਸੋ ਸੈਟੇਲਾਈਟ ਤਸਵੀਰਾਂ ਤੋਂ ਪਤਾ ਚੱਲਿਆ ਕਿ ਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਧੂਆਂ ਯੂਰਪ ਦੇ ਤੱਕ ਪਹੁੰਚ ਗਿਆ ਹੈ ਸੋ ਯੂਰਪੀ ਸੰਘ ਦੇ ਕੋਪਰਨਿਕਸ ਐਟਮੋਸਫੀਅਰ ਮਾਨਿਟਰਿੰਗ ਸਰਵਿਸ ਦੇ ਇਕੱਠੇ ਕੀਤੇ ਗਏ ਡਾਟੇ ਨੂੰ ਦੇਖਿਆ ਗਿਆ ਕਿ ਧੂਆਂ ਵਾਯੂ ਮੰਡਲ ਦੇ ذریعے 8000 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਬ੍ਰਿਟੇਨ ਅਤੇ ਉੱਤਰੀ ਯੂਰਪ ਦੇ ਵਿੱਚ ਪਹੁੰਚਾ ਹੈ ਹਰਿਆਣਾ ਵਿੱਚ 21 ਤੋਂ ਸਕੂਲ ਖੁੱਲਣ ਜਾ ਰਹੇ ਹਨ 9ਵੀਂ ਅਤੇ 12ਵੀਂ ਤੱਕ ਦੇ ਬੱਚਿਆਂ ਦੇ ਇਹ ਹਨ ਦਿਸ਼ਾ ਨਿਰਦੇਸ਼ ਸੋ ਦੋਸਤੋ ਜੇਕਰ ਤੁਸੀਂ ਹਰਿਆਣਾ ਦੀ ਤਰਜ਼ ਦੇ ਪੰਜਾਬ ਦੇ ਵਿੱਚ ਵੀ ਸਰਕਾਰ ਤੋਂ ਸਕੂਲ ਖੋਲਣ ਦੀ ਮੰਗ ਕਰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਜ਼ਰੂਰ ਲਿਖੋ ਸੋ ਸਰਕਾਰ ਨੇ ਕਿਹਾ ਕਿ ਬੱਚੇ ਆਪਣੀ ਇੱਛਾ ਦੇ ਨਾਲ ਸਕੂਲ ਆਉਣ ਦੀ ਮਨਜ਼ੂਰੀ ਦਿੱਤੀ ਗਈ ਆ ਇਸ ਲਈ ਪ੍ਰਦੇਸ਼ ਸਰਕਾਰ ਨੇ ਇੱਕ ਐਸਓਪੀ ਵੀ ਜਾਰੀ ਕੀਤੀ ਆ ਸਰਕਾਰ ਨੇ ਕਿਹਾ ਐਸਓਪੀ ਦੀ ਪਾਲਣਾ ਕਰਨੇ ਸ਼ਕਤੀ ਦੇ ਨਾਲ ਕਰਵਾਇਆ ਜਾਵੇਗਾ ਇਸ ਦੀ ਉਲੰਘਣਾ ਕਰਨ ਵਾਲੇ ਤੇ ਮੁਕੱਦਮਾ ਵੀ ਦਰਜ ਕੀਤਾ ਜਾਵੇਗਾ ਸ਼੍ਰੋਮਣੀ ਕਮੇਟੀ ਨੂੰ ਇੱਕ ਇੱਕ ਪਾਵਨ ਸਰੂਪ ਦਾ ਹਿਸਾਬ ਦੇਣਾ ਪਵੇਗਾ ਧਿਆਨ ਸਿੰਘ ਮੰਡਸੋਂ ਵਿਚਾਰ ਵਟਾਂਦਰੇ ਮਗਰੋਂ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਵੇਗਾ ਦਲ ਖਾਲਸਾ ਗਰਮਖਿਆਲੀ ਜਥੇਬੰਦੀਆਂ ਦੇ ਆਗੂ ਅਕਾਲ ਫੈਡਰੇਸ਼ਨ ਸਮੇਤ ਹੋਰ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਇਕਤਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਰੂਪਾਂ ਦੇ ਮਾਮਲੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਵਿੱਚ ਇਕਤਰਤਾ ਕੀਤੀ ਗਈ ਕੇਂਦਰੀ ਮੰਤਰੀ ਪ੍ਰਹਿਲਾਦ ਪਾਟਲ ਕਰੋਨਾ ਪੋਜ਼ਿਟਿਵ ਟਵੀਟ ਰਾਹੀਂ ਦਿੱਤੀ ਜਾਣਕਾਰੀ ਸੋ ਪ੍ਰਹਿਲਾਦ ਪਾਟ ਜਿਹੜੇ ਕਿ ਮੌਜੂਦਾ ਕੇਂਦਰੀ ਮੰਤਰੀ ਹਨ ਉਹਨਾਂ ਦੀ ਕਰੋਨਾ ਰਿਪੋਰਟ ਵੀ ਪੋਜ਼ਿਟਿਵ ਆਈਆ ਉਹਨਾਂ ਨੇ ਖੁਦ ਹੀ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸਾਬਕਾ ਕ੍ਰਿਕਟਰ ਦੀ ਕਰੋਨਾ ਨਾਲ ਮੌਤ ਲਗਾਤਾਰ 7 ਮੈਚਾਂ ਵਿੱਚ ਬਣਾਈਆਂ ਸਨ 7 ਸੈਂਚਰੀਆਂ ਸੋ ਮੁੰਬਈ ਦੇ ਸਾਬਕਾ ਕ੍ਰਿਕਟਰ ਸਚਿਨ ਦੇਸ਼ਮੁਖ ਦੀ ਕਰੋਨਾ ਵਾਇਰਸ ਨਾਲ ਮੌਤ ਹੋ ਗਈਆ ਮੰਗਲਵਾਰ ਉਹਨਾਂ ਨੂੰ ਮੰਗਲਵਾਰ ਥਾਣੇ ਦੇ ਵਿਦਾਂਤਾ ਹਸਪਤਾਲ ਦੇ ਵਿੱਚ ਆਖਰੀ ਸਾਲ ਐ ਉਹ 52 ਸਾਲਾਂ ਦੇ ਸਨ ਤੇ ਦੋਸਤਾਂ ਨੇ ਦੱਸਿਆ ਕਿ ਉਹਨਾਂ ਨੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਜਦ ਕਿ ਉਹਨਾਂ ਨੂੰ ਕਈ ਦਿਨਾਂ ਤੋਂ ਤੇਜ਼ ਬੁਖਾਰ ਸੀ 9 ਦਿਨਾਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੂੰ ਕਰੋਨਾ ਵੀ ਸੀ ਦੇਸ਼ਮੁਖ ਇੱਕ ਸ਼ਾਨਦਾਰ ਕ੍ਰਿਕਟਰ ਸਨ ਉਹਨਾਂ ਨੇ ਆਪਣੇ ਸਮੇਂ ਵਿੱਚ ਮੋਬਾਈ ਅਤੇ ਮਹਾਰਾਸ਼ਟਰ ਦੋਵਾਂ ਦੇ ਲਈ ਰਣਜੀ ਟਰਾਫੀ ਵਿੱਚ ਜਗ੍ਹਾ ਮਿਲੀ ਪਰ ਉਹਨਾਂ ਨੂੰ ਪਲੇਇੰਗ 11 ਖੇਡਣ ਦਾ ਮੌਕਾ ਕਦੀ ਨਹੀਂ ਮਿਲਿਆ ਸੋ ਦੋਸਤੋ ਇਹ ਸਨ ਸੂਬੇ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ